ਚੋਰੀ ਦੀਆਂ ਵਾਰਦਾਤਾਂ ਦਿਨ ਬਦਿਨ ਵਧਦੀਆਂ ਜਾ ਰਹੀਆਂ ਨੇ। ਅੱਜ ਇੱਕ ਮਾਮਲਾ ਗਿੱਦੜ ਬਾਹਰ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਰਾਤ ਨੂੰ ਇੱਕ ਘਰ 'ਚ ਦਾਖਲ ਹੋ ਕੇ ਪਰਿਵਾਰ ਵਾਲਿਆਂ ਨੂੰ ਬੰਦੀ ਬਣਾ ਲਿਆ। ਉਸ ਵੇਲੇ ਪਰਿਵਾਰ ਦੇ ਦੋ ਮੈਂਬਰ ਸੈਰ ਕਰਨ ਗਏ ਸਨ। ਜਦੋਂ ਉਹ ਵਾਪਸ ਆਏ ਤਾਂ ਉਹਨਾਂ ਨੂੰ ਵੀ ਬੰਦੀ ਬਣਾ ਲਿਆ ਗਿਆ ਅਤੇ ਚੋਰ ਘਰ ਵਿੱਚੋਂ 10 ਤੋਲੇ ਸੋਨਾ, 5 ਤੋਲੇ ਚਾਂਦੀ, 50,000 ਰੁਪਏ ਦੀ ਨਕਦੀ, 4 ਮੋਬਾਈਲ ਅਤੇ ਅਲਟੋ ਕਾਰ ਲੈ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਕਮਲੇਸ਼ ਕੁਮਾਰ ਨਾਂ ਦਾ ਵਿਅਕਤੀ ਹੈ, ਇਹਦਾ ਸ਼ਟਰਿੰਗ ਦਾ ਕੰਮ ਹੈ। ਇਹ ਘਰ ਦੇ 4 ਮੈਂਬਰਾਂ ਨੇ, ਇਹਨਾਂ ਦੇ ਵਾਈਫ ਹੈ, ਬੇਟਾ, ਇਹਨਾਂ ਦੀ ਨੂੰਹ ਹੈ। ਇਹਨਾਂ ਨੇ ਦੱਸਣ ਮੁਤਾਬਕ ਕੱਲ੍ਹ ਸ਼ਾਮ ਨੂੰ ਇਹ 9:30 ਵਜੇ ਦੋਨੋਂ ਮੀਆਂ ਵੀ ਸੈਰ ਕਰਨ ਗਏ ਸੀ। ਇਹਨਾਂ ਦਾ ਬੇਟਾ ਔਰ ਨੂੰਹ ਘਰ ਦੇ ਵਿੱਚ ਸੀ। ਜਿਹਨਾਂ ਨੇ ਦੱਸਿਆ ਵੀ 4 ਜਿਹੜੇ ਮੁੰਡੇ ਨੌਜਵਾਨ ਆਏ ਆ, 1 ਸਰਦਾਰ ਸੀ, 3 ਮੁੰਡੇ ਸੀ ਜਿਹਨਾਂ ਕੋਲ ਦੇਸੀ ਰਿਵਾਲਵਰ ਵਗੈਰਾ ਸੀਗੇ, ਅਤੇ ਇਹਨਾਂ ਨੂੰ ਜਿਹੜਾ ਅੰਦਰ ਕਮਰੇ 'ਚ ਬੰਦ ਕਰ ਲਿਆ। ਬਾਅਦ ਦੇ ਵਿੱਚ ਇਹਨਾਂ ਦੇ ਜਿਹੜੇ ਮਾਂ ਪਿਓ ਮਰ ਵੀ ਆ ਗਏ ਆ, ਉਹਨਾਂ ਨੂੰ ਵੀ ਕਹਿੰਦੇ ਪਹਿਲਾਂ ਦੱਸਣ ਮੁਤਾਬਕ ਅੰਦਰ ਬੰਦ ਕਰ ਲਿਆ, ਅਤੇ ਇਹਨਾਂ ਕੋਲ ਡਰ ਤੋਂ ਘਾ ਕੇ ਇਹਨਾਂ ਕੋਲ 10 ਤੋਂ 16 ਚਾਲੀ 50,000 ਰੁਪਏ ਜਾ ਕੇ ਉਹ ਕੈਸ਼ ਲੈ ਗਏ। ਅਸੀਂ ਮੌਕੇ 'ਤੇ ਐਸ ਸਾਹਿਬ ਪਹੁੰਚੇ, ਡਿਪਟੀ ਸਾਹਿਬ ਪਹੁੰਚੇ ਸੀ, ਮੈਂ ਵੀ ਆਇਆ, DSP DI ਨੇ, CIS ਸਟਾਫ ਇੰਸਪੈਕਟਰ ਆਏ ਨੇ ਪ੍ਰਤਾਪ। ਅਸੀਂ ਇਹ ਸਾਰੀ ਤਫਤੀਸ਼ ਕਰ ਰਹੇ ਹਾਂ। ਜੋ ਵੀ ਮਤਲਬ ਪਹਿਲਾਂ ਮੁਕੱਦਮਾ ਦਰਜ ਕਰਕੇ ਫਿਰ ਤੁਹਾਡੇ ਮੇਰੇ ਮੁਕੱਦਮਾ ਦਰਜ ਕਰ ਲਿਆ, ਖਰਾਬ ਚੱਲ ਰਿਹਾ, ਅੱਗੇ ਤਫਤੀਸ਼ ਕਰ ਰਹੇ ਹਾਂ ਅਸੀਂ, ਜਲਦੀ ਇਹਨੂੰ ਪੇਸ਼ ਕਰ। ਹੁਣ ਵੇਖਣਾ ਇਹ ਹੈ ਕਿ ਪੁਲਿਸ ਕਿੰਨੀ ਜਲਦੀ ਇਹਨਾਂ ਚੋਰਾਂ ਨੂੰ ਫੜਦੀ ਹੈ। ਗਿੱਦੜਬਾਹਾ ਤੋਂ ਸੋਨੀ ਡੱਲਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ January 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।